ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਇੰਡੀਅਨ ਹਿਸਟਰੀ ਦਾ ਮੌਕ ਟੈਸਟ ਜਿਹੜੇ ਵੀ ਸਟੂਡੈਂਟ FCI ਵਾਚਮੈਨ PPSA ਇੰਸਪੈਕਟਰ ਅਤੇ ਨੈਪ ਤਹਿਸੀਲਦਾਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਵੇਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਿਲੇਬਸ ਦੇ ਵਿੱਚ ਇੰਡੀਅਨ ਜੀਕੇ ਹੈ ਸੋ ਇੰਡੀਅਨ ਹਿਸਟਰੀ ਹੈ ਇੰਡੀਅਨ ਹਿਸਟਰੀ ਦੇ ਨਾਲ ریلیਟਡ ਤੁਹਾਡੇ ਕੁਐਸਚਨ ਨੇ ਹਾਂਜੀ ਅੱਜ ਦਾ ਇਹ ਵੀਡੀਓ ਕਰਨ ਦੇ ਨਾਲ ਤੁਹਾਡਾ ਜਿਹੜਾ ਇੰਡੀਅਨ ਹਿਸਟਰੀ ਦਾ ਟਾਪਿਕ ਹੈ ਉਹ ਖਤਮ ਹੋ ਜਾਏਗਾ ਇਸ ਤੋਂ ਪਹਿਲਾਂ ਵੀ ਜਿੰਨੇ ਮੈਂ ਤੁਹਾਨੂੰ ਪੂਰੇ ਕੁਐਸਚਨ ਕਰਵਾਏ ਆ ਸੀਰੀਅਲ ਵਾਈਜ਼ ਆਪਣੀ ਮੌਕ ਟੈਸਟ ਚੱਲੇ ਆ ਇੰਡੀਅਨ ਹਿਸਟਰੀ ਦੇ ਤੁਸੀਂ ਉਹ ਸਾਰੇ ਵੀ ਆਪਣੇ ਨੋਟਸ ਤਿਆਰ ਕਰ ਲੈਣੇ ਆ ਠੀਕ ਹੈ ਤਾਂ ਤੁਹਾਨੂੰ ਪੜਨ ਦੇ ਵਿੱਚ ਵੀ ਸਾਨੀਯੋਗੀ ਤੇ ਜਦੋਂ ਤੁਸੀਂ ਆਪਣੇ ਨੋਟਸ ਤਿਆਰ ਕਰੋਗੇ ਜਿਹੜੀ ਚੀਜ਼ ਤੁਸੀਂ ਆਪਣੇ ਹੱਥ ਨਾਲ ਇੱਕ ਵਾਰ ਲਿਖ ਲੈਣੇ ਉਹ ਕਦੇ ਵੀ ਭੁੱਲਦੀ ਨਹੀਂ ਹਾਂਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਹਰ ਇੱਕ ਕੁਐਸਚਨ ਨੂੰ ਅਟੈਂਪਟ ਕਰਨ ਦੇ ਲਈ ਸੇਮ ਉਹੀ ਵੇ ਆ 3 ਸੈਕਿੰਡ ਤੁਹਾਨੂੰ ਦਿੱਤੇ ਜਾਣਗੇ ਨਾਲ ਦੀ ਨਾਲ ਮੇਰੇ ਨਾਲ ਮੈਚ ਕਰਦੇ ਜਾਣਾ ਤੇ ਲਾਸਟ ਦੇ ਕਮੈਂਟ ਬਾਕਸ ਦੇ ਵਿੱਚ ਕੋਈ ਵੀ ਨਹੀਂ ਦੱਸਦਾ ਤੁਹਾਡੇ ਚੋਂ ਇੱਕ ਦੋ ਸਟੂਡੈਂਟ ਤੋਂ ਬਿਨਾ ਕਿ ਤੁਹਾਡੇ ਕਿੰਨੇ ਕੁਐਸਚਨ ਸਹੀ ਗਏ ਵੀ ਮੈਂ ਇੰਨੀ ਮਿਹਨਤ ਲਾ ਕੇ ਤਿਆਰ ਕਰਦੀ ਆਂ ਤੇ ਤੁਹਾਡੇ ਤੋਂ ਸਿਰਫ ਇੰਨਾ ਹੀ ਪੁੱਛਦੀ ਆਂ ਕਿ ਤੁਹਾਡੇ ਕਿੰਨੇ ਕੁਐਸਚਨ ਸਹੀ ਗਏ ਤਾਂ ਜੋ ਮੈਨੂੰ ਪਤਾ ਚੱਲ ਸਕੇ ਕਿ ਤੁਹਾਡੀ ਮਿਹਨਤ ਤੁਸੀਂ ਕਿੰਨਾ ਕੁ ਪੜ ਰਹੇ ਹੋ ਤੇ ਉਸ ਤਰ੍ਹਾਂ ਦਾ ਮੈਂ ਤੁਹਾਨੂੰ ਨਾਲ ਜੇਕਰ ਨਹੀਂ ਵੀ ਸਮਝ ਆਉਂਦਾ ਤਾਂ ਇੰਪੋਰਟੈਂਟ ਫੈਕਟ ਵੀ ਦੱਸ ਸਕਾਂ ਬਹੁਤ ਸਾਰੇ ਸਟੂਡੈਂਟ ਕਹਿਣ ਲੱਗ ਜਾਂਦੇ ਆ ਕਿ ਵੀਡੀਓ ਵੱਡੀ ਹੁੰਦੀ ਆ ਸਾਡੇ ਕਿਸੇ ਨੂੰ ਨੈਟ ਦੀ ਪ੍ਰੋਬਲਮ ਆਉਂਦੀ ਆ ਤੇ ਸੋ ਇਸ ਕਰਕੇ ਮੈਂ ਵੀਡੀਓ ਵੀ ਛੋਟੀਆਂ ਕਰਤੀਆਂ ਇੰਪੋਰਟੈਂਟ ਫੈਕਟ ਨਹੀਂ ਦੱਸਦੀ ਸਿੰਪਲ ਤੁਹਾਡੇ ਟੈਸਟ ਲਈ ਨਹੀਂ ਆ ਇਸ ਵੀਡੀਓ ਦੇ ਲਾਸਟ ਮੈਂ ਤੁਹਾਨੂੰ ਇੰਪੋਰਟੈਂਟ ਫੈਕਟਰ ਦੱਸਾਂਗੀ ਠੀਕ ਹੈ ਹਾਂਜੀ ਤਾਂ ਕੁਐਸਚਨ ਨੰਬਰ 1 ਆ ਸੁਤੰਤਰਤਾ ਪਾਰਟੀ ਦਾ ਸੰਸਥਾਪਕ ਕੌਣ ਸੀ ਸਵਤੰਤਰਤਾ ਪਾਰਟੀ ਦੇ ਸੰਸਥਾਪਕ ਸੀ ਸੀ ਰਾਜਗੋਪਾਲ ਝਾਰੀ ਆਪਸ਼ਨ ਨੰਬਰ 7 ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਗਾਂਧੀ ਜੀ ਦੁਆਰਾ ਭਾਰਤ ਛੱਡੋ ਕਦੋਂ ਸ਼ੁਰੂ ਕੀਤਾ ਗਿਆ ਸੀ ਹਾਂਜੀ ਗਾਂਧੀ ਜੀ ਦੁਆਰਾ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ ਸੀ 1942 ਦੇ ਵਿੱਚ ਆਪਸ਼ਨ ਨੰਬਰ ਈ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਈਡੀ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਵਿਵੇਕਾਨੰਦ ਨੇ ਕੀਤੀ ਸੀ ਨੈਕਸਟ ਕੁਐਸ਼ਨ ਡੱਚ ਜਾਤੀ ਨੇ ਸਭ ਤੋਂ ਪਹਿਲਾਂ ਆਪੀ ਵਸਤੀ ਕਿਸ ਸਥਾਨ ਤੇ ਸਥਾਪਿਤ ਕੀਤੀ ਸੀ ਹਾਂਜੀ ਡੱਚ ਜਾਤੀ ਨੇ ਸਭ ਤੋਂ ਪਹਿਲਾਂ ਆਪਣੀ ਜਿਹੜੀ ਵਸਤੀ ਹੈ ਉਹ ਕਿਹੜੇ ਸਥਾਨ ਤੇ ਸਥਾਪਿਤ ਕੀਤੀ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਆੜਾ ਪੁਲਿਕਟ ਪੁਲਿਕਟ ਦੇ ਸਥਾਨ ਤੇ ਡੱਚ ਜਾਤੀ ਨੇ ਆਪਣੀ ਜਿਹੜੀ ਵਸਤੀ ਉਹ ਸਥਾਪਿਤ ਕੀਤੀ ਸੀ ਨੈਕਸਟ ਕੁਐਸ਼ਨ ਹੈ ਜੀ ਲੋਹ ਪੁਰਸ਼ ਦੇ ਨਾਮ ਨਾਲ ਕਿਸ ਨੂੰ ਪੁਕਾਰਿਆ ਜਾਂਦਾ ਹੈ ਹਾਂਜੀ ਲੋਹ ਪੁਰਸ਼ ਦੇ ਨਾਮ ਨਾਲ ਕਿਸ ਨੂੰ ਪੁਕਾਰਿਆ ਜਾਂਦਾ ਹੈ ਰਾਈਟ ਆਨਸਰ ਹੈ ਜੀ ਸਰਦਾਰ ਬੱਲਬਾਈ ਪਟੇਲ ਸਰਦਾਰ ਬੱਲਬਾਈ ਪਟੇਲ ਨੂੰ ਲੋਹ ਪੁਰਸ਼ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਨੈਕਸਟ ਕੁਐਸ਼ਨ ਨੌਜਵਾਨ ਭਾਰਤ ਸਭਾ ਦਾ ਪ੍ਰਧਾਨ ਕੌਣ ਸੀ ਹਾਂਜੀ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਸੀ ਸਰਦਾਰ ਭਗਤ ਸਿੰਘ ਆਪਸ਼ਨ ਨੰਬਰ 1 ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਭਾਰਤ ਦੀ ਸੰਵਿਧਾਨ ਸਭਾ ਕਿਸ ਦੀ ਸਿਫਾਰਸ਼ ਤੋਂ ਤਿਆਰ ਕੀਤੀ ਗਈ ਹਾਂਜੀ ਭਾਰਤ ਦੀ ਸੰਵਿਧਾਨ ਸਭਾ ਕਿਸ ਦੀ ਸਿਫਾਰਸ਼ ਤੋਂ ਤਿਆਰ ਕੀਤੀ ਗਈ ਸੀ ਕੈਬਨਿਟ ਮਿਸ਼ਨ ਦੀ ਸਿਫਾਰਸ਼ ਤੋਂ অপশন নাম্বার আ ইজ দা রাইট आंसर ভারতীয় সংবিধান সভা ক্যাবিনেট মিশন ਦੀ ਸਿਫਾਰਸ਼ ਤੋਂ ਤਿਆਰ ਕੀਤੀ ਗਈ ਸੀ ਨੈਕਸਟ ਕੁਐਸ਼ਨ ਭਾਰਤ ਛੱਡੋ ਅੰਦੋਲਨ ਦੇ ਸਮੇਂ ਭਾਰਤ ਦਾ ਵਾਈਸ ਰਾਏ ਕੌਣ ਸੀ ਹਾਂਜੀ ਭਾਰਤ ਛੱਡੋ ਅੰਦੋਲਨ ਦੇ ਸਮੇਂ ਭਾਰਤ ਦਾ ਵਾਈਸ ਰਾਏ ਲਾਰਡ ਲਿਨ ਲਿਥੋਂਗੇ ਸੀ অপশন ਨੰਬਰ ਆ ਇਜ਼ ਦਾ রাইਟ ਆਨਸਰ ਲਾਰਡ ਲਿਨ ਲਿਥੋਂਗੋ ਭਾਰਤ ਦੇ ਵਾਈਸ ਰਾਏ ਸੀ ਨੈਕਸਟ ਕੁਐਸ਼ਨ 1923 ਵਿੱਚ ਨਾਗਪੁਰ ਵਿੱਚ ਕਿਹੜਾ ਸੱਤਿਆਗ੍ਰਹਿ ਉਯੋਜਨ ਕੀਤਾ ਗਿਆ ਸੀ ਹਾਂਜੀ 1923 ਵਿੱਚ ਨਾਗਪੁਰ ਦੇ ਵਿੱਚ ਝੰਡਾ ਸੱਤਿਆਗ੍ਰਹਿ ਉਯੋਜਨ ਕੀਤਾ ਗਿਆ ਸੀ ਆਪਸ਼ਨ ਨੰਬਰ ੜਾ ਇਜ਼ ਆ ਰਾਈਟ ਆਂਸਰ ਨੈਕਸਟ ਕੁਐਸ਼ਨ ਪੂਨਾ ਸਮਝੌਤਾ 1931 ਵਿੱਚ ਕਿਸ ਦੇ ਵਿਚਕਾਰ ਹੋਇਆ ਸੀ ਹਾਂਜੀ ਪੂਨਾ ਸਮਝੌਤਾ 1931 ਦੇ ਵਿੱਚ ਗਾਂਧੀ ਜੀ ਅਤੇ ਅੰਬੇਦਕਰ ਦੇ ਵਿਚਕਾਰ ਹੋਇਆ ਸੀ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ 1931 ਦੇ ਵਿੱਚ ਹੋਇਆ ਸੀ ਨੈਕਸਟ ਕੁਐਸਚਨ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਇਹ ਕਥਨ ਕਿਸ ਦਾ ਹੈ ਹਾਂਜੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਇਹ ਕਥਨ ਹਾਸਰਤ ਮੋਹਾਨੀ ਦਾ ਹੈ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹਾਂਜੀ ਸੌਰੀ ਇੱਥੇ ਮੈਂ ਤੁਹਾਨੂੰ ਆਪਸ਼ਨ ਗਲਤ ਦਿੱਤੀ ਇੱਥੇ ਆਪਸ਼ਨ ਈ ਡੀ ਰਾਈਟ ਆ ਮੁਹੰਮਦ ਇਕਬਾਲ ਸਾਰੇ ਜਹਾਂ세 ਅੱਛਾ ਹਿੰਦੁਸਤਾਨ ਹਮਾਰਾ ਇਹ ਨਾਰਾ ਮੁਹੰਮਦ ਸੌਰੀ ਇਹ ਜਿਹੜਾ ਕਥਨ ਆ ਮੁਹੰਮਦ ਇਕਬਾਲ ਦਾ ਵਾ ਠੀਕ ਹੈ ਨੈਕਸਟ ਕੁਐਸ਼ਨ ਹੈ ਜੀ ਮਹਾਤਮਾ ਗਾਂਧੀ ਨੂੰ ਆਧ ਨੰਗਾ ਫਕੀਰ ਕਿਸ ਨੇ ਕਿਹਾ ਸੀ ਹਾਂਜੀ ਮਹਾਤਮਾ ਗਾਂਧੀ ਨੂੰ ਆਧ ਨੰਗਾ ਫਕੀਰ ਕਿਸ ਨੇ ਕਿਹਾ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਊੜਾ ਬਿਸਟਨ ਚਰਚਿਲ ਮਹਾਤਮਾ ਗਾਂਧੀ ਨੂੰ ਆਧਨੰਗਾ ਫਕੀਰ ਬਿਸਟਨ ਚਰਚਿਲ ਨੇ ਕਿਹਾ ਸੀ ਨੈਕਸਟ ਕੁਐਸਚਨ ਗਾਂਧੀ ਜੀ ਨੇ ਡਾਂਡੀ ਮਾਰਚ ਦੀ ਸ਼ੁਰੂਆਤ ਕਿਸ ਸਥਾਨ ਤੋਂ ਕੀਤੀ ਸੀ ਹਾਂਜੀ ਗਾਂਧੀ ਜੀ ਨੇ ਡਾਂਡੀ ਮਾਰਚ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਈੜੀ ਸਾਬਰਮਤੀ ਆਸ਼ਰਮ ਤੋਂ ਸਾਬਰਮਤੀ ਆਸ਼ਰਮ ਤੋਂ ਗਾਂਧੀ ਜੀ ਨੇ ਡਾਂਡੀ ਮਾਰਚ ਦੀ ਸ਼ੁਰੂਆਤ ਕੀਤੀ ਸੀ। ਨੈਕਸਟ ਕੁਐਸ਼ਨ ਪਲਾਸੀ ਦਾ ਯੁੱਧ ਕਿਸ ਦੇ ਵਿਚਾਲੇ ਹੋਇਆ ਸੀ? ਹਾਂਜੀ ਪਲਾਸੀ ਦਾ ਯੁੱਧ ਈਸਟ ਇੰਡੀਆ ਕੰਪਨੀ ਅਤੇ ਸਿਰਾਜੂਦੋਲਾ ਦੇ ਵਿਚਕਾਰ ਹੋਇਆ ਸੀ। ਆਪਸ਼ਨ ਨੰਬਰ E ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸ਼ਨ ਗਾਂਧੀ ਜੀ ਦਾ ਪਹਿਲੇ ਸਤਿਆਗ੍ਰਹਿ ਨੀਲ ਦੀ ਖੇਤੀ ਦੇ ਵਿਰੋਧ ਵਿੱਚ ਕਿਸਾਨਾਂ ਲਈ ਕਿਹੜੇ ਸਥਾਨ ਤੇ ਗਏ ਸੀ? ਹਾਂਜੀ ਗਾਂਧੀ ਜੀ ਪਹਿਲੇ ਸत्याग्रह ਨੀਲ ਦੀ ਖੇਤੀ ਦੇ ਵਿਰੋਧ ਵਿੱਚ ਕਿਸਾਨਾਂ ਲਈ ਕਿਹੜੇ ਸਥਾਨ ਤੇ ਗਏ ਸੀ ਚੰਪਾਰਨ ਦੇ ਸਥਾਨ ਤੇ ਗਏ ਸੀ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਲਾਲ ਕੋਠੜੀ ਦੀ ਘਟਨਾ ਕਿੱਥੇ ਹੋਈ ਸੀ ਹਾਂਜੀ ਲਾਲ ਕੋਠੜੀ ਦੀ ਘਟਨਾ ਕਲਕੱਤਾ ਵਿਖੇ ਹੋਈ ਸੀ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਭਾਰਤੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਮੁਸਲਮਾਨ ਪ੍ਰਧਾਨ ਕੌਣ ਸੀ हां जी भारतीय इंडियन नेशनल कांग्रेस ਦਾ ਪਹਿਲਾ ਮੁਸਲਮਾਨ ਪ੍ਰਧਾਨ ਬਦਰੂਦੀਨ ਤੈਪਜੀ ਸੀ অপਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ हां जी ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਡਾ ਵਿਵੇਕਾਨੰਦ ਨੇ ਨੈਕਸਟ ਕੁਐਸ਼ਨ अरविंदो घोष ਨੂੰ ਕਿਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਹਾਂਜੀ अरविंदो घोष ਨੂੰ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਅਲੀਪੁਰ ਬੰਬ ਕੇਸ ਦੇ ਵਿੱਚ ਨੈਕਸਟ ਕੁਐਸ਼ਨ ਬਾਲ ਗੰਗਾਧਰ ਥਿਲਕ ਦਾ ਰਾਜਨੀਤਿਕ ਗੁਰੂ ਕੌਣ ਸੀ ਹਾਂਜੀ ਬਾਲ ਗੰਗਾਧਰ ਥਿਲਕ ਦਾ ਰਾਜਨੀਤਿਕ ਗੁਰੂ ਕੌਣ ਸੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਉੜਾ ਵਿਵੇਕਾਨੰਦ ਬਾਲ ਗੰਗਾਧਰ ਤਿਲਕ ਦੇ ਰਾਜਨੀਤਿਕ ਗੁਰੂ ਵਿਵੇਕਾਨੰਦ ਸੀ ਨੈਕਸਟ ਕੁਐਸ਼ਨ ਪਾਣੀਪਤ ਦਾ ਤੀਸਰਾ ਯੁੱਧ ਕਦੋਂ ਹੋਇਆ ਸੀ ਹਾਂਜੀ ਪਾਣੀਪਤ ਦਾ ਤੀਸਰਾ ਯੁੱਧ ਕਦੋਂ ਹੋਇਆ ਸੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸ 1771 ਦੇ ਵਿੱਚ ਸੌਰੀ 1761 ਦੇ ਵਿੱਚ ਪਾਣੀਪਤ ਦਾ ਤੀਸਰਾ ਯੁੱਧ 1761 ਦੇ ਵਿੱਚ ਹੋਇਆ ਸੀ ਨੈਕਸਟ ਕੁਐਸ਼ਨ ਕਿਸਨੇ ਕਿਹਾ ਸੀ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਨਿਵਾਸ ਕਰਦੀ ਹੈ ਹਾਂਜੀ ਇਹ ਕਥਨ ਕਿਸ ਦਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਈ ਡੀ ਮਹਾਤਮਾ ਗਾਂਧੀ ਦਾ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਭਾਰਤ ਦੀ ਆਤਮਾ ਪਿੰਡਾਂ ਦੇ ਵਿੱਚ ਨਿਵਾਸ ਕਰਦੀ ਹੈ ਨੈਕਸਟ ਵਰਸ਼ਨ ਬਕਸਰ ਦਾ ਯੁੱਧ ਕਦੋਂ ਹੋਇਆ ਹਾਂਜੀ ਬਕਸਰ ਦਾ ਯੁੱਧ ਕਦੋਂ ਹੋਇਆ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਆੜਾ 1764 ਦੇ ਵਿੱਚ ਬਕਸਰ ਦਾ ਯੁੱਧ 1764 ਦੇ ਵਿੱਚ ਹੋਇਆ ਸੀ ਨੈਕਸਟਵਰਸ਼ਨ ਸੰਘੋਲ ਦੀ ਸੰਧੀ ਕਦੋਂ ਹੋਈ ਸੀ ਹਾਂਜੀ ਸੰਘੋਲ ਦੀ ਸੰਧੀ 1816 ਈਸਵੀ ਦੇ ਵਿੱਚ ਹੋਈ ਸੀ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕਿੰਗ ਮੇਕਰ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਹਾਂਜੀ ਕਿੰਗ ਮੇਕਰ ਦੇ ਨਾਮ ਦੇ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ A ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਆੜਾ ਸਿਆਦ ਬੰਦੂ ਨੂੰ ਸਿਆਦ ਬੰਦੂ ਨੂੰ ਕਿੰਗ ਮੇਕਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਰਿੰਗ ਫਾਈਨੈਂਸ ਪਾਲਿਸੀ ਦਾ ਸਬੰਧ ਕਿਸ ਨਾਲ ਹੈ ਰਿੰਗ ਫਾਈਨੈਂਸ ਪਾਲਿਸੀ ਦਾ ਸਬੰਧ ਕਿਸ ਦੇ ਨਾਲ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਊੜਾ ਵਾਰਨ ਹੈਸਟਿੰਗਸ ਦੇ ਨਾਲ ਵਾਰਨ ਹੈਸਟਿੰਗਸ ਦੇ ਨਾਲ ਰਿੰਗ ਫੈਨਸ ਪਾਲਿਸੀ ਦਾ ਸੰਬੰਧ ਹੈ ਨੈਕਸਟ ਕੁਐਸ਼ਨ ਹੈ ਜੀ ਬਕਸਰ ਦੇ ਯੁੱਧ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ ਹਾਂਜੀ ਬਕਸਰ ਦੇ ਯੁੱਧ ਸਮੇਂ ਦਿੱਲੀ ਦੇ ਸ਼ਾਸਕ ਸੀ ਸਾ ਆਲਮ ਆਪਸ਼ਨ ਨੰਬਰ 1 ਹੈ ਇਸਾ ਰਾਈਟ ਆਨਸਰ ਨੈਕਸਟ ਕੁਐਸ਼ਨ ਲਾਹੌਰ ਦੀ ਸੰਧੀ ਅਤੇ ਬੈਰੋਬਾਲ ਦੀ ਸੰਧੀ ਕਦੋਂ ਹੋਈ ਸੀ ਲਾਹੌਰ ਦੀ ਸੰਧੀ ਅਤੇ ਬੈਰੋਬਾਲ ਦੀ ਸੰਧੀ 1946 ਦੇ ਵਿੱਚ ਹੋਈ ਸੀ অপਸ਼ਨ ਨੰਬਰ ਡਾ ਇਜ਼ ਦਾ রাইਟ ਆਂਸਰ ਨੈਕਸਟ ਕੁਐਸ਼ਨ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ ਸੀ ਹਾਂਜੀ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਕਦੋਂ ਮਿਲਾਇਆ ਗਿਆ ਸੀ রাইਟ ਆਂਸਰ ਹੈ ਜੀ অপਸ਼ਨ ਨੰਬਰ ਡਾ 1800 49ਵੀਂ ਦੇ ਵਿੱਚ ਨੈਕਸਟ ਕੁਐਸ਼ਨ ਭਾਰਤ ਵਿੱਚ ਅੰਗਰੇਜ਼ਾਂ ਦੇ ਸਮੇਂ ਪਹਿਲੀ ਜਨਗਣਨਾ ਕਿਸ ਦੇ ਸਮੇਂ ਹੋਈ ਸੀ ਹਾਂਜੀ ਭਾਰਤ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਪਹਿਲੀ ਜਨਗਣਨਾ ਲਾਰਡ ਮਿਓ ਦੇ ਸਮੇਂ ਹੋਈ ਸੀ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪ੍ਰਾਰਥਨਾ ਸਮਾਜ ਦਾ ਸੰਸਥਾਪਕ ਕੌਣ ਸੀ ਹਾਂਜੀ ਪ੍ਰਾਰਥਨਾ ਸਮਾਜ ਦਾ ਸੰਸਥਾਪਕ ਸੀ ਆਤਮਾਰਾਮ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਿੱਖ ਗੁਰਦੁਆਰਾ ਐਕਟ ਕਦੋਂ ਆਇਆ ਹਾਂਜੀ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਆਇਆ ਸੀ ਨੈਕਸਟ ਕੁਐਸ਼ਚਨ ਸਾਰਦਾ ਐਕਟ ਕਦੋਂ ਹੋਇਆ ਹਾਂਜੀ ਸਾਰਦਾ ਐਕਟ 1929 ਦੇ ਵਿੱਚ ਹੋਇਆ ਸੀ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਚਨ ਮੁੰਡਾ ਕ੍ਰਾਂਤੀ ਦਾ ਨੇਤਾ ਕੌਣ ਸੀ ਹਾਂਜੀ ਮੁੰਡਾ ਕ੍ਰਾਂਤੀ ਦੇ ਨੇਤਾ ਸੀ ਵਿਰਸਾ ਮੁੰਡਾ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਚਨ ਤਾਂ ਤੇ ਆ ਤੋਪੇ ਦਾ ਵਾਸਤਵਿਕ ਨਾਮ ਕੀ ਸੀ ਹਾਂਜੀ ਤਾਂ ਤੇ ਆ ਤੋਪੇ ਦਾ ਵਾਸਤਵਿਕ ਨਾਮ ਸੀ ਰਾਮਚੰਦਰ ਪਾਂਡੂ ਰੰਗ ਆਪਸ਼ਨ ਨੰਬਰ 1 ਆਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ 1857 ਦੇ ਵਿਦਰੋਹ ਦੇ ਸਮੇਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੌਣ ਸੀ 1857 ਦੇ ਵਿਦਰੋਹ ਦੇ ਸਮੇਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਲੈਬਰਲ ਸੀ ਆਪਸ਼ਨ ਨੰਬਰ 1 ਆਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਯੂਵਾ ਬੰਗਾਲ ਅੰਦੋਲਨ ਨੇ ਅੰਦੋਲਨ ਕਿਸ ਨੇ ਚਲਾਇਆ ਹਾਂਜੀ ਯੂਵਾ ਬੰਗਾਲ ਅੰਦੋਲਨ ਹੈਨਰੀ ਲਈ ਨੇ ਚਲਾਇਆ ਸੀ ਆਪਸ਼ਨ ਨੰਬਰ ਊੜਾ ਇਸ ਆ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਜਿਹੜਾ ਤੁਹਾਡਾ ਮੌਕ ਟੈਸਟ ਆ ਉਹ ਸੀਗਾ ਟੋਟਲ 25 ਨੰਬਰਾਂ ਦਾ 35 ਨੰਬਰ ਦਾ ਠੀਕ ਹੈ 35 ਕੁਐਸਚਨ ਸੀਗੇ ਹਰੇ ਕੁਐਸਚਨ 1 ਨੰਬਰ ਦਾ ਸੀਗਾ ਤੇ ਟੋਟਲ ਤੁਹਾਡੇ ਹੋਗੇ 35 ਤੇ 35ਾਂ ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਸਹੀ ਗਏ ਫਿਰ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਹਾਂਜੀ ਅੱਗੇ ਦੇਖੋ ਤੁਹਾਨੂੰ ਕੁਝ ਇੰਪੋਰਟੈਂਟ ਤੱਤ ਦਿੱਤੇ ਹੋਏ ਆ ਜਿਹੜੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਇਹਨਾਂ ਦੇ ਨਾਲ ਰਿਲੇਟਡ ਤੁਹਾਨੂੰ ਕੁਐਸ਼ਨ ਆ ਸਕਦੇ ਨੇ ਹਿਸਟਰੀ ਦਾ ਪੂਰੇ ਦਾ ਪੂਰਾ ਨਿਚੋੜ ਕੱਢ ਕੇ ਤੁਹਾਨੂੰ ਛੋਟੇ ਥੋੜੇ 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 ਕੁਐਸ਼ਨ ਕਰਵਾਏ ਸੀਗੇ ਬਿਲਕੁਲ ਛੋਟੇ ਛੋਟੇ ਪਾਰਟਸ ਕਰਵਾਏ ਸੀ ਵੀਡੀਓ ਦੇ ਇਹ ਕੁਐਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਤੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟਡ ਨਹੀਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਅਸੀਂ ਸ਼ੁਰੂ ਕਰਦੇ ਹਾਂ ਇੰਪੋਰਟੈਂਟ ਤ ਤੇ ਪਹਿਲਾ ਵਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 1858 ਵਿੱਚ ਏਓ ਹਿਊਮ ਨੇ ਕੀਤੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 1858 ਦੇ ਵਿੱਚ ਏਓ ਹਿਊਮ ਨੇ ਕੀਤੀ ਸੀ ਬੰਗਾਲ ਦੀ ਵੰਡ ਅਤੇ ਸਵਦੇਸ਼ੀ ਅੰਦੋਲਨ 1905 ਵਿੱਚ ਹੋਇਆ ਸੀ ਮੁਸਲਿਮ ਲੀਗ ਦੀ ਸਥਾਪਨਾ 1906 ਦੇ ਵਿੱਚ ਹੋਈ ਸੀ ਕਾਂਗਰਸ ਦਾ ਵਿਭਾਜਨ 1907 ਦੇ ਵਿੱਚ ਹੋਇਆ ਸੀ ਹੋਮ ਰੂਲ ਅੰਦੋਲਨ 1916 ਦੇ ਵਿੱਚ ਹੋਇਆ ਸੀ ਲਖਨਊ ਪੈਕੇਟ 1916 ਵਿੱਚ ਗੰਗਾधर ਧਿਲਕ ਅਤੇ ਐਨੀ ਬੈਂਸਟ ਨੇ ਚਲਾਇਆ ਸੀ ਨੈਕਸਟ ਕੁਐਸ਼ਨ ਸੌਰੀ ਨੈਕਸਟ ਫੈਕਟ ਆ ਰੋ ਲ ਐਕਟ 19 ਮਾਰਚ 1919 ਨੂੰ ਬਣਿਆ ਸੀ ਜਿਸ ਦੇ ਵਿੱਚ ਸ਼ੱਕ ਦੇ ਆਧਾਰ ਤੇ ਕਿਸੇ ਵੀ ਜੇਲ੍ਹ ਵਿੱਚ ਬੰਦ ਕੀਤਾ ਜਾਂਦਾ ਸੀ ਨੈਕਸਟ ਜਿਲ੍ਹਿਆਂਵਾਲਾ ਬਾਗ ਹੱਤਿਆ ਕਾਂਡ 13 ਅਪ੍ਰੈਲ 1919 ਨੂੰ ਹੋਇਆ ਸੀ ਇਸ ਦੇ ਮੁੱਖ ਦੋਸ਼ੀ ਮਾਈਕਲ ਓਡਾਇਰ ਅਤੇ ਜਰਨਲ ਡਾਇਰ ਸਨ ਨੈਕਸਟ ਖিলাਫਤ ਅੰਦੋਲਨ 1919 ਵਿੱਚ ਸੋਕਤਲੀ ਅਤੇ ਮੁਹੰਮਦ ਅਲੀ ਨੇ ਚਲਾਇਆ ਸੀ ਹਾਂਜੀ ਖিলাਫਤ ਅੰਦੋਲਨ 1919 ਦੇ ਵਿੱਚ ਸੋਕਤਲੀ ਅਤੇ ਮੁਹੰਮਦ ਅਲੀ ਨੇ ਚਲਾਇਆ ਸੀ ਨੈਕਸਟ ਕੁਐਸਚਨ ਹੰਟਰ ਕਮੇਟੀ ਦੀ ਰਿਪੋਰਟ 28 ਮਈ 1920 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਦਾ ਸੰਬੰਧ ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ ਦੇ ਨਾਲ ਸੀ ਹਾਂਜੀ ਜਿਹੜੀ ਹੰਟਰ ਕਮੇਟੀ ਆ ਉਹਦੀ ਰਿਪੋਰਟ 28 ਮਈ 1920 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਤੇ ਜਿਹਦਾ ਆ ਸੰਬੰਧ ਕਿਹਦੇ ਨਾਲ ਸੀ ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ ਦੇ ਨਾਲ ਨੈਕਸਟ ਕੁਐਸਚਨ ਜੀ ਆਸ਼ਾਹਿਜੋਗਨ ਦੋਲਨ ਦਾ ਆਰੰਭ 1 ਅਗਸਤ 1920 ਨੂੰ ਮਹਾਤਮਾ ਗਾਂਧੀ ਨੇ ਕੀਤਾ ਸੀ ਅਸਹਿ ਜੋਗ ਅੰਦੋਲਨ ਦਾ ਜਿਹੜਾ ਆਰੰਭਾ ਉਹ 1 ਅਗਸਤ 1920 ਨੂੰ ਮਹਾਤਮਾ ਗਾਂਧੀ ਜੀ ਨੇ ਕੀਤਾ ਸੀ ਚੋਰਾ ਚੋਰੀ ਚੋਰਾ ਕਾਂਡ 5 ਫਰਵਰੀ 1922 ਨੂੰ ਗੋਰਖਪੁਰ ਜ਼ਿਲ੍ਹਾ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਸੀ ਹਾਂਜੀ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਵਾ ਗੋਰਖਪੁਰ ਜਿੱਥੇ 5 ਫਰਵਰੀ 1922 ਨੂੰ ਚੋਰਾ ਚੋਰੀ ਦਾ ਕਾਂਡ ਹੋਇਆ ਸੀ ਨੈਕਸਟ ਸਵਰਾਜ ਪਾਰਟੀ ਦੀ ਸਥਾਪਨਾ 1 ਜਨਵਰੀ 1923 ਵਿੱਚ ਹੋਈ ਸੀ ਇਸ ਦੇ ਸੰਸਥਾਪਕ ਮੋਤੀ ਲਾਲ ਨਹਿਰੂ ਅਤੇ ਸੀ ਆਰ ਦਾਸ ਸੀ ਠੀਕ ਹੈ ਨੈਕਸਟ ਕੁਐਸ਼ਨ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ 1924 ਵਿੱਚ ਬਣੀ ਸੀ ਨੈਕਸਟ ਕੁਐਸ਼ਨ ਸਾਈਮਨ ਕਮਿਸ਼ਨ ਦੀ ਨਿਯੁਕਤੀ 8 ਨਵੰਬਰ 1927 ਨੂੰ ਕੀਤੀ ਗਈ ਸੀ ਇਸ ਨੂੰ 3 ਫਰਵਰੀ 1928 ਨੂੰ ਭਾਰਤ ਭੇਜਿਆ ਗਿਆ ਸੀ ਤੇ ਇਸ ਦਾ ਵਿਰੋਧ ਕਰਦੇ ਸਮੇਂ ਹੀ ਲਾਲਾ ਲਾਜਪਤਰਾਏ ਜੀ ਸ਼ਹੀਦ ਹੋਏ ਸਨ ਤੇ ਇਸ ਨੂੰ ਬੈਟਮੈਨ ਕਮਿਸ਼ਨ ਵੀ ਕਿਹਾ ਜਾਂਦਾ ਹੈ ਨੈਕਸਟ ਹੈ ਜੀ ਨਹਿਰੂ ਰਿਪੋਰਟ ਅਗਸਤ 1928 ਦੇ ਵਿੱਚ ਪੇਸ਼ ਕੀਤੀ ਗਈ ਬਦਰਵਾਲ ਸੱਤਿਆਗ੍ਰਹਿ ਅਕਤੂਬਰ 1928 ਨੂੰ ਗੁਜਰਾਤ ਦੇ ਕਿਸਾਨਾਂ ਦੇ ਹੱਕਾਂ ਵਿੱਚ ਸਰਦਾਰ ਬੱਲਭਾਈ ਪਟੇਲ ਦੀ ਰਹਿਨੁਮਈ ਹੇਠ ਲੜਿਆ ਗਿਆ ਹਾਂਜੀ ਬਦਰੋਲ ਸਤਿਆਗ੍ਰਹਿ ਰਹੀ ਸੀ ਜਿਹੜਾ 1 ਅਕਤੂਬਰ 1928 ਨੂੰ ਗੁਜਰਾਤ ਦੇ ਕਿਸਾਨਾਂ ਦੇ ਲਈ ਲੜਿਆ ਗਿਆ ਸੀਗਾ ਠੀਕ ਹੈ ਹਾਂਜੀ 8 ਅਪ੍ਰੈਲ 1929 ਭਗਤ ਸਿੰਘ ਦੁਆਰਾ ਬ੍ਰਿਟਿਸ਼ ਅਸੈਂਬਲੀ ਵਿੱਚ ਬੰਬ ਸੁੱਟਿਆ ਗਿਆ ਸੀ ਭਗਤ ਸਿੰਘ ਦੁਆਰਾ ਕਦੋਂ ਬੰਬ ਸੁੱਟਿਆ ਗਿਆ ਸੀਗਾ 8 ਅਪ੍ਰੈਲ 1929 ਨੂੰ ਨੈਕਸਟ ਕੁਐਸਚਨ ਕਾਂਗਰਸ ਦੇ ਲਾਹੌਰ ਅਦਿবেশਨ ਦੇ ਦਸੰਬਰ 1900 29 ਪੂਰਨ ਸਵਰਾਜ ਦੀ ਮੰਗ ਕੀਤੀ ਗਈ ਸੀ ਹਾਂਜੀ ਕਾਂਗਰਸ ਦੇ ਲਾਹੌਰ ਅਦਿਵੇਸ਼ਣ ਦੇ ਲਈ ਦਸੰਬਰ 1929 ਨੂੰ ਪੂਰਨ ਸਵਰਾਜ ਦੀ ਮੰਗ ਕੀਤੀ ਗਈ ਸੀ ਹਾਂਜੀ ਤੇ ਅੱਗੇ ਨੈਕਸਟ ਕੁਐਸਚਨ ਹੈ ਨੈਕਸਟਲੀ ਫੈਕਟ ਹੈ 26 ਜਨਵਰੀ ਮਨਾਉਣ ਦੀ ਗੱਲ ਵੀ ਇਸ ਅਦਿਵੇਸ਼ਣ ਦੇ ਵਿੱਚ ਹੀ ਕੀਤੀ ਗਈ ਸੀ ਜਿਹੜਾ ਕਿ ਦਸੰਬਰ 1929 ਨੂੰ ਹੋਇਆ ਸੀ ਇਹਨਾਂ ਤੁਸੀਂ ਯਾਦ ਰੱਖਣਾ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜਿਹੜੇ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਪਲੀਜ਼ ਮੇਰੇ ਚੈਨਲ ਨਾਲ ਜਿਹੜੇ ਵੀ ਸਟੂਡੈਂਟ ਤੁਹਾਨੂੰ ਬਤਾਏ ਜਿਨ੍ਹਾਂ ਨੇ ਨੈਵਜ਼ ਦੇ ਸੀਲਡਰ ਦਾ ਫਾਰਮ ਫਿਲ ਕੀਤਾ ਹੈ ਪੀਪੀਐਸ ਇੰਸਪੈਕਟਰ ਦਾ ਐਗਜ਼ਾਮ ਫਿਲ ਕੀਤਾ ਹੈ ਅਤੇ ਐਫਸੀਆਈ ਦਾ ਐਗਜ਼ਾਮ ਫਿਲ ਕੀਤਾ ਹੈ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਉਹਨਾਂ ਸਟੂਡੈਂਟਸ ਨੂੰ ਜੋੜਿਆ ਜਾਵੇ ਤਾਂ ਜੋ ਉਹ ਵੀ ਆਪਣਾ ਪੜ੍ਹ ਕੇ ਪੇਪਰ ਦੇ ਸਕਣ ਧੰਨਵਾਦ ਜੀ ਥੈਂਕਸ ਫॉर ਵਾਚਿੰਗ